ਜਿਹੜੀ ਲੰਡਨ ਦੇ ਵਿੱਚ ਖਾਲਿਸਤਾਨ ਦੀ ਰੈਲੀ ਹੋਈ ਉਹਦੇ ਵਿੱਚ ਵਿਰੋਧ NRI ਆ ਗਏ ਨੇ, ਕਹਿੰਦੇ ਬੰਦੇ ਮਾਤਰਮ ਦੇ ਉੱਤੇ ਨਾਰੇ ਲਗਾਏ ਨੇ। ਸੋ ਮੈਂ ਹਮੇਸ਼ਾ ਕਿਹਾ ਕਿ ਅਸੀਂ ਭਾਰਤ ਦਾ ਅਨਿੱਖੜਵਾਂ ਅੰਗ ਹੈਗੇ ਹਾਂ, ਅਸੀਂ ਭਾਰਤ ਦੇ ਸੰਵਿਧਾਨ ਦੀ ਇੱਕ ਵਾਰੀ ਨਹੀਂ ਨੇਕਾਂ ਵਾਰੀ ਸਹੁੰ ਚੁੱਕ ਕੇ ਉਸ ਪਵਿੱਤਰ ਸਦਨ ਦੇ ਵਿੱਚ ਮੈਂਬਰ ਬਣੇ ਹਾਂ, ਜੇ ਲੋਕਲ ਬਾਡੀ ਦੀ ਇਲੈਕਸ਼ਨ ਲੜੀ ਜਿੱਤੇ ਹਾਂ ਅਤੇ ਤਾਂ ਵੀ ਅਸੀਂ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ ਆ। ਸੋ ਅੱਜ ਉਹ ਲੋਕ ਜਿਹੜੇ ਹਤਾਸ਼ ਹੋ ਕੇ, ਉਹ ਲੋਕ ਜਿਹੜੇ ਦੁਖੀ ਹੋ ਕੇ 2020 ਰੈਫਰੈਂਡਮ ਵਾਲੇ ਪਾਸੇ ਤੁਰੇ ਆ, ਉਹਨਾਂ ਦੀਆਂ ਭਾਵਨਾਵਾਂ ਵੀ ਜ਼ਰੂਰ ਅੱਜ ਬਹਿਸ ਦਾ ਵਿਸ਼ਾ ਹੈਗੀਆਂ ਨੇ। ਜਿਹੜੇ ਲੋਕਾਂ ਨੇ ਹਿੰਦੁਸਤਾਨ ਦੀ ਏਕਤਾ ਵਾਸਤੇ ਉੱਥੇ ਝੰਡਾ ਬਰਦਾਰ ਬਣ ਕੇ ਕੀਤਾ, ਮੈਂ ਉਹਨਾਂ ਦਾ ਵੀ ਐਪਰੀਸ਼ੀਏਟ ਕਰਦਾ, ਕਿਉਂਕਿ ਭਾਰਤ ਤੋੜਨ ਵਾਸਤੇ ਨਹੀਂ ਜੋੜਨ ਵਾਸਤੇ ਅਸੀਂ ਸਾਰੇ ਕੰਮ ਕਰਾਂਗੇ। ਅਤੇ ਬਣਦਾ ਐਵੇਂ ਬਣਾਈ ਜਾਂਦੇ ਹੋ ਤੁਸੀਂ ਜੀ, ਜਿਹੜੀ ਚੀਜ਼ ਬਣਦੀ ਨਹੀਂ, ਕੋਈ ਲੈਣ ਨਹੀਂ ਦੇਣ ਨਹੀਂ, ਉਹ ਪਾਕਿਸਤਾਨ ਲਗਾ ਪਿੱਛੇ ਲਗਾ ਕਿ ਬੀਜ ਖੇਤ ਮੇ ਬੱਚਾ ਪੇਟ ਮੇ, ਆਪਾਂ ਪਹਿਲਾਂ ਹੀ ਵਧਾਈਆਂ ਮੰਗਣੇ ਸ਼ੁਰੂ ਕਰ ਦਈਏ। ਪਾਕਿਸਤਾਨ ਲਗਾ ਤੇ ਹੈ, ਕੋਸ਼ਿਸ਼ ਕਰਦਾ ਪਾਕਿਸਤਾਨ ਕੁਝ ਬੰਦੇ ਨੂੰ, ਕੋਈ ਕੋਸ਼ਿਸ਼ ਪਾਕਿਸਤਾਨ ਦੀ ਕਿਸੇ ਦੀ ਕੋਈ ਕੋਸ਼ਿਸ਼ ਨਹੀਂ, ਇਹ ਸਮੇਂ ਦੀਆਂ ਹਕੂਮਤਾਂ ਦੇ ਜਿਹੜੇ ਆ ਚਾਲਾਂ ਚੱਲੀਆਂ ਹੁੰਦੀਆਂ ਨੇ ਲੋਕਾਂ ਨੂੰ ਇੱਧਰ ਉੱਧਰ ਭਟਕਾਉਣ ਵਾਸਤੇ। ਕਿਹਦੀ ਚਾਲ ਹੈਗੀ ਹੈ, ਕਿਸੇ ਦੀ ਕੋਈ ਚਾਲ ਨਹੀਂ, ਭਾਰਤ ਅਟੂਟ ਹੈਗਾ, ਭਾਰਤ ਨੂੰ ਕੋਈ ਨਹੀਂ ਤੋੜ ਸਕਦਾ।